हाँ जी, सत श्री अकाल वीरो, मैं बलजिंदर सिंह स्वागत करदा अज दी इस नवी वीडियो दे विच। ते मैं जहाज गाड़ी से हाँ अमृतसर साहब, तो ये जी टायरों की शॉप आ, इतों सैकेंड हैंड टायर, सैकेंड हैंड आप अलॉय व्हील खरीद सकते हैं। पंजाब टायरस के नाँ पर शॉप आ, तो बाइक तो आप सारी जानकारी लवेंगे। तो शॉप का नंबर है 20B। तो आज फिर तुम दिखाने पहले एक बार शॉप से आप बाइक तो जानकारी लें कि रेट दे जे सैकेंड हैंड कटते है ना, तो किन्ने तक के पै जाते ये अलॉय व्हील भी है, तो टायर भी मिल जाते हैं। देख सकते हो सैकेंड हैंड अलॉय व्हील पे आ, सैकेंड हैंड टायर आ, हरेक तरह का टायर आ जिहड़ा तुहानूं इत्थों मिल जू, नवें भी मिल जाणगे, पुराने भी मिल जाणगे। ये सैकेंड हैंड आ, टायर आ बाकी जिहड़े कि सारे नवें भी आ, पुराने भी आ। तुहानूं मैं दिखा देवां एक वारी, तो फिर आपां बाइक तों जानकारी लवांगे। तां व्हील कप वगैरह आ टायर आ जिहड़े कि सैकेंड हैंड आ, जिहड़े कि घट चले होंगे तो कट्टे हुए आ, आर एम वगैरह भी आ, सारे तरह का समान आ जिहड़ा कि तुहानूं इत्थों मिल जूगा। कंटैक्ट नंबर भी दस दूंगा तुहानूं, तो बाइक तो आपां जानकारी भी ले लईए। आ वेखो इहदे व्हील कप वगैरह, तो टायर आ अगे भी टायर आ, आपां सारा तुहानूं वीडियो दे विच दिखाउणे आ। उधरों शुरू कर लईए बई, अच्छा थले भी एक तुहानूं मैं गडाउन च दिखा देवां बई, इहदा थले भी टायर पए काफ़ी नवे भी है ते पुराने भी टायर है। देख सकते हो अलॉय वगैरह। ये बाद च पेंट पूंट भी हो जाते हैं बई के? हाँ जी। अच्छा पेंट भी हो, मतलब जिहड़ी चीज़ होगी तुसीं दस के दोगे कस्टमर? जी जी। ठीक है जी, ठीक है। आ देख सकते बाकी नवे लॉय आ, टायर व्हील कप वगैरह सारा तुहानूं इत्थों टोटली समान मिल जूगा। तो बई जी आपां नूं जानकारी देणगे, तो किसी ने भी डील करनी है बई ने आके कंटैक्ट कर लियो, कंटैक्ट नंबर भी देवांगे तुहानूं। बई जी स्वागत आ तुहाडा साडे चैनल ते। तो आ जाओ फिर आपां इक वारी इधरों शुरू कर लईए, जानकारी दे दिओ आपां नूं। ਜਿਵੇਂ ਆਹ ਤਾਂ ਚਲੋ ਆਪਣੇ ਵੀਲ ਕੱਪ ਵਗੈਰਾ ਹਰੇਕ ਗੱਡੀ ਤੇ ਮਿਲ ਹੀ ਜਾਣਗੇ ਤਕਰੀਬਨ। ਇਹਨਾਂ ਬਾਰੇ ਜਾਣਕਾਰੀ ਦਿਓ ਤੇ ਚਲੋ ਕਿੰਨੇ ਕਿਤੇ ਹੋ ਸਕਦੇ ਜੀ? ਭਾਜੀ 400 ਰੁਪਏ ਤੋਂ ਲੈ ਕੇ 1000 ਰੁਪਏ ਤੱਕ ਸੈੱਟ ਮਿਲ ਜਾਏਗਾ। ਅੱਛਾ ਜੀ, ਇਹ ਸਾਰਾ ਮਤਲਬ ਓਰਿਜਿਨਲ ਹੀ ਹੁੰਦਾ ਜਿਹੜਾ ਗੱਡੀ ਦੇ ਹਿਸਾਬ ਨਾਲ। ਤੇ ਜੇ ਗੱਲ ਕਰੀਏ ਆਪਾਂ ਸੈਕਿੰਡ ਹੈਂਡ ਆ ਤੁਹਾਡੇ ਕੋਲੇ ਅਲੋਏ ਵੀਲ ਆ, ਇਹਨਾਂ ਦੀ ਕੋਈ ਕੁਆਲਿਟੀ ਹੁੰਦੀ ਆ ਅਲੱਗ ਅਲੱਗ ਕਿਵੇਂ ਹੁੰਦੇ ਆ? ਹਾਂਜੀ ਹਾਂਜੀ ਭਾਜੀ, ਇਹ ਆਂਦਾ ਹੀ ਜੈਨੂਅਨ ਹੈ, ਦੇਸੀ ਆਂਦਾ ਹੀ ਕੋਈ ਨਹੀਂ। ਦੇਸੀ ਨਹੀਂ ਆਂਦਾ? ਠੀਕ ਹੈ ਜੀ। ਇਹ ਮਤਲਬ ਕਿ ਕੰਡੀਸ਼ਨ ਦੇ ਹਿਸਾਬ ਨਾਲ ਵੀ ਰੇਟ ਆ ਜੀ? ਆਪਾਂ ਮੁੱਲੀ ਇਸ ਗੱਲ ਦੀ ਕਰੀਏ, ਇਹ ਤਾਂ ਜੀ ਗੱਡੀ ਦੇ ਹਿਸਾਬ ਨਾਲ ਰੇਟ ਹੈ ਜੀ, ਕੰਡੀਸ਼ਨ ਦੀ ਵੀ ਨਹੀਂ ਗੱਲ, ਗੱਡੀ ਦੀ ਗੱਲ ਹੈ, ਗੱਡੀ ਕਿਹੜੀ ਨੂੰ ਪੈ ਰਿਹਾ? ਗੱਡੀ ਦੀ ਕਿਹੜੀ ਨੂੰ ਪੈ ਰਿਹਾ? ਅੱਛਾ ਜੀ, ਵੱਡੀ ਗੱਡੀ ਨੂੰ ਪੈ ਰਿਹਾ ਵੱਧ ਰੇਟ? ਮੰਨ ਲਓ ਇਹੀ ਸੈੱਟ ਹੈ, 17 ਨੰਬਰ ਨੋਵਾ ਕ੍ਰਿਸਟਾ ਦਾ, ਇਹ ਤੁਹਾਨੂੰ 12000 ਰੁਪਏ ਦਾ ਦੇ ਦਾਂਗੇ ਸਿੰਗਲ ਸੈੱਟ, 4 ਪੀਸ। ਅੱਛਾ 4 ਪੀਸ 12000 ਦੇ? ਹਾਂਜੀ। ਠੀਕ ਹੈ ਬਈ, ਸੈਕਿੰਡ ਹੈਂਡ, ਤੇ ਕੋਈ ਮਤਲਬ ਕੋਈ ਕ੍ਰੈਕ ਵਗੈਰਾ ਕੋਈ ਤੇ ਵੀ ਨਹੀਂ? ਜੀ ਨਹੀਂ, ਇਹ ਬਿਲਕੁਲ ਓਕੇ ਹੋਣਗੇ। ਠੀਕ ਹੈ। ਤੇ ਆ ਲਾਈ ਵੀ ਜਿਹੜਾ ਬਾਈ ਨੇ ਦੱਸਤਾ ਵੀ ਮਤਲਬ ਸਟਾਰਟ ਕਿੱਥੋਂ ਤੋਂ ਹੋ ਜਾਂਦੇ ਤੁਹਾਡੇ? ਸਟਾਰਟਿੰਗ ਭਾਜੀ ਦੇਖੋ ਜੇ ਮਰੂਤੀ ਤੋਂ ਸਟਾਰਟ ਕਰੀਏ 5000 ਰੁਪਏ ਤੋਂ ਸਟਾਰਟ ਹੋ ਜਾਂਦਾ ਦਾ। ਅੱਛਾ, ਮਰੂਤੀ 5000 ਤੋਂ? ਹਾਂਜੀ। ਤੇ ਉਸ ਤੋਂ ਅੱਗੇ ਅੱਗੇ ਫਿਰ ਜਿਵੇਂ ਜਿਵੇਂ ਗੱਡੀ ਵੱਧਦੀ ਜਾਂਦੀ ਉਵੇਂ ਉਵੇਂ ਰੇਟ ਵੱਧਦਾ ਜਾਂਦਾ। ਹਾਂ ਹਾਂ ਬਾਈ, ਆ ਜਿਵੇਂ ਮਰੂਤੀ ਦਾ ਹੈ, ਇਹ ਹੈਗਾ ਇਹ ਬਲੈਨੋ ਗੱਡੀ ਦਾ ਜੀ, ਨਵੇਂ? ਹਾਂ, ਬਲੈਨੋ ਵਾਲੀ ਗੱਡੀ ਦਾ, ਸੁਜ਼ੂਕੀ ਦਾ। ਇਹ 16 ਇੰਚ ਦਾ ਸੈੱਟ ਹੈ? 16 ਇੰਚ ਦਾ? ਹਾਂਜੀ ਹਾਂਜੀ। ਇਹ 10000 ਰੁਪਏ ਦਾ ਸੈੱਟ ਮਿਲ ਜੂ? 10000 ਦਾ ਸੈੱਟ ਮਿਲ ਜੂ ਕੰਪਲੀਟ? ਮਤਲਬ ਲਾਏ? ਹਾਂਜੀ 4 ਪੀਸ। ਠੀਕ ਹੈ ਜੀ। ਹਾਂ ਵੇਖੋ, ਤੇ ਆ ਤਾਂ ਮਤਲਬ ਆਪਾਂ ਲੋਗੋ ਵੈਸੇ ਲੱਗਿਆ ਹੋਇਆ। ਹਾਂਜੀ। ਤੇ ਜੇ ਇਹਦੀ ਗੱਲ ਕਰੀਏ ਕਿੰਨੇ ਦਾ ਪੈ ਜੂਗਾ ਇਹ ਸੈੱਟ? ਹਾਂਜੀ ਹਾਂਜੀ, ਇਹ ਸੈੱਟ ਤੁਹਾਨੂੰ ਪਏਗਾ ਜੀ 8000 ਰੁਪਏ। 14 ਨੰਬਰ ਸਵਿਫਟ ਵਾਸਤੇ ਆ? 14 ਨੰਬਰ ਜਾਂ 13 ਦੀ ਗੱਲ ਕਰੀਏ ਆਪਾਂ? 13 ਦੇ ਪਾਉਣੇ ਆ। 13 ਨੰਬਰ ਸੈੱਟ ਦੇਖੋ ਜੀ 6000 ਰੁਪਏ ਤੋਂ ਸਟਾਰਟ ਹੋ ਜਾਂਦਾ, 8000 ਦੇ ਵਿੱਚ ਮਿਲ ਜਾਂਦੇ, ਡਿਜ਼ਾਈਨ ਦੀ ਗੱਲ ਹੁੰਦੀ ਹੈ, ਕੰਡੀਸ਼ਨ ਤੇ ਡਿਜ਼ਾਈਨ। ਠੀਕ ਹੈ। ਉਸ ਤੋਂ ਬਾਅਦ ਜਿਵੇਂ ਆਪਾਂ ਮਤਲਬ ਸਾਈਜ਼ ਵੱਧਦਾ ਜਾਂਦਾ ਥੋੜੇ ਥੋੜੇ ਕੋਸਟਲੀ, ਕਿੰਨੇ ਦਾ ਪੈ ਜਾਂਦਾ? ਬਸ 8000 ਤੱਕ ਸੈਕਿੰਡ ਹੈਂਡ ਮਿਲ ਜਾਂਦਾ ਆਰਾਮ ਨਾਲ। ਠੀਕ ਹੈ, 8000 ਤੱਕ।
ਜਿਵੇਂ ਆ ਵੱਡੇ ਚੌੜੇ ਟਾਇਰ ਪਾਉਂਦੇ ਆ ਜਿਹੜੇ ਚੌੜੇ ਲਾਏ ਹਾਂਜੀ ਚੌੜੇ ਕਹਿੰਦੇ ਹਾਂਜੀ ਆਹਾ ਵਾਲਾ ਇਹ ਜਿਪਸੀ ਦਾ ਜਿਪਸੀ ਦਾ ਹਾਂਜੀ ਉਹ ਪਜੈਰੋ ਦਾ ਪਜੈਰੋ ਦਾ ਗੱਡੀਆਂ ਅਲੱਗ ਅਲੱਗ ਲੱਗੀਆਂ ਠੀਕ ਹੈ ਠੀਕ ਹੈ ਜਿਵੇਂ ਬਣੇ ਬਣਾਏ ਵਿਦ ਟਾਇਰ ਵੀ ਤੁਹਾਡੇ ਕੋਲੇ ਬਣੇ ਜਿਵੇਂ ਆ ਅਲਾਏ ਪਏ ਆ ਆ ਵਿਦ ਟਾਇਰ ਪਏ ਭਾਜੀ ਹਾਂਜੀ ਹਾਂਜੀ ਇਹ 16 ਦੇ ਟਾਇਰ ਹੈ ਹਾਂਜੀ ਇਹ ਸਵਿਫਟ ਵਾਸਤੇ ਆ i20 ਵਾਸਤੇ ਕਿੰਨੇ ਦਾ ਪੈ ਜੂਗਾ ਸੈੱਟ ਉਹ ਸਕੋਡਾ ਹੈ ਵੀ ਸਵਿਫਟ ਹੈ ਜੀ ਠੀਕ ਹੈ ਜੀ ਸੈੱਟ ਠੀਕ ਹੈ ਜੀ ਇਹ ਸਵਿਫਟ ਦਾ ਸੈੱਟ ਹੈ ਠੀਕ ਹੈ ਜੀ ਹਾਂਜੀ ਇਹ ਕਿੰਨੇ ਦਾ ਪੈ ਜੀ i20 ਸਵਿਫਟ ਵਰਨਾ ਹਾਂਜੀ ਹਾਂਜੀ ਬਸ ਇਸ ਤਰ੍ਹਾਂ ਫਿੱਟ ਵੀ ਮਿਲ ਜਾਣਗੇ ਤੁਹਾਨੂੰ ਫਿੱਟ ਮੰਨ ਲਾ ਵੀ ਆ ਕੰਪਲੀਟ ਆ ਹੁਣ ਹਨਾ ਹਾਂਜੀ ਜੀ ਇਹ ਕਿੰਨੇ ਦਾ ਟਾਇਰ ਇਹ 65 ਇਹ 14 ਦਾ ਜਿਹੜਾ ਸਵਿਫਟ ਨੂੰ ਨਾਲ ਆਂਦਾ ਇਹ ਕਿੰਨੇ ਦਾ ਐਜ਼ ਇਟ ਇਜ਼ ਦੀ ਟਾਇਰਾਂ ਸਮੇਤ ਹੀ 10000 ਰੁਪਏ ਦੇ 10000 ਦਾ ਚਾਰੀ ਹਾਂਜੀ ਜੀ ਵਿਦ ਅਲੋਏ ਵੀ ਹਾਂਜੀ ਠੀਕ ਆ ਜੀ ਤੇ ਆਪਾਂ ਜਿਵੇਂ ਇਹਦੀ ਗੱਲ ਕਰੀਏ ਆਹ 16 ਦੇ ਟਾਇਰ ਆ ਪੋਲੋ ਦੇ ਆ ਹਾਂਜੀ ਤੇ ਬਾਕੀ ਟਾਇਰ ਵਗੈਰਾ ਸਹੀ ਦਾ ਕੱਡੇ ਵੀ ਮਿਲ ਜਾਂਦੇ ਤੇ ਜਮਾ ਕੱਟਿਆ ਟਾਇਰ ਦੇਖੋ ਜੀ ਵੀਲ ਉੱਤੇ ਕੱਢਿਆ ਟਾਇਰ ਫਿੱਟ ਨਹੀਂ ਹੁੰਦਾ ਹਾਂ ਹਾਂ ਠੀਕ ਹੈ ਬਾਈ ਉਸ ਤਰ੍ਹਾਂ ਜੇ ਤੁਸੀਂ ਘੱਟ ਦੇ ਇੰਚ ਕੋਈ ਕਸਟਮਰ ਕਹੇ ਮੈਂ ਘੱਟ ਦੇ ਇੰਚ ਲਾਣੀ ਹੈ ਤੇ ਕੱਢਿਆ ਟਾਇਰ ਵੀ ਮਿਲ ਜਾਏਗਾ ਉਹ ਪਰ ਮਿਲੇਗਾ 400-500 ਰੁਪਏ ਦੀ ਰੇਂਜ ਅੱਛਾ ਉਹ ਸਸਤੇ ਪੈ ਜਾਂਦੇ ਹਾਂ ਉਹ ਸਸਤੇ ਉਹ ਸਸਤੇ ਉਹ ਤਾਂ ਪਰ ਬੜਾ ਟਾਈਮ ਚੱਲਦੇ ਵੀ ਨਹੀਂਗੇ ਨਹੀਂ ਉਹ ਚੱਲਦੇ ਨਹੀਂ ਠੀਕ ਹੈ ਬਾਈ ਆਹ ਸੈੱਟ ਕਿੰਨੇ ਦਾ ਪੈ ਜੂ 16 ਦੇ ਟਾਇਰ ਵਾਲਾ ਵਿਦ ਅਲੋਏ ਇਹ 15000 ਰੁਪਏ ਦਾ ਐਜ਼ ਇਟ ਇਜ਼ ਹੀ ਪੈ ਜਾਂਦਾ ਅੱਛਾ 15000 ਹਾਂਜੀ ਕੰਪਲੀਟ ਕਾਸ ਕੇ ਸਾਰਾ ਫਿੱਟ ਕਰਕੇ ਦਿਓ ਹਾਂਜੀ ਹਾਂਜੀ ਠੀਕ ਹੈ ਤੇ ਆ ਬਾਕੀ ਟਾਇਰ ਆ ਜਿਵੇਂ ਨਵੇਂ ਵਗੈਰਾ ਆ ਗਏ ਟਾਇਰ ਹਨਾ ਬਾਈ ਤੇ ਬਾਕੀ ਮੋਟਰਸਾਈਕਲ ਟਾਇਰ ਵੀ ਮਿਲ ਜਾਂਦੇ ਤੁਹਾਨੂੰ ਹਾਂਜੀ ਸਕੂਟਰੀਆਂ ਵਗੈਰਾ ਤੇ ਬਾਈਕ ਤੇ ਬਾਈਕ ਵਗੈਰਾ ਹਾਂਜੀ 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 ਆ ਨਵੇਂ ਟਾਇਰ ਆ ਨਵੇਂ ਟਾਇਰ ਸੀਐਟ ਦੇ ਆ ਜੀ ਇਹ ਕਿੰਨੇ ਦੇ ਆ ਇਹ 15 ਦੇ ਆ 14 ਦੇ ਆ ਜੀ ਕੀ ਇਹਨਾਂ ਨਵੇਂ ਦਾ ਕੀ ਪ੍ਰਾਈਸ ਆ ਇਸ 2800 ਰੁਪਏ ਦੇ ਕਰੀਬ ਹੁੰਦਾ ਇੱਕ ਟਾਇਰ ਹਾਂਜੀ ਤੇ ਆਪਾਂ 13 ਦਾ ਲਈਏ 13 ਦਾ ਟਾਇਰ 13 ਨੰਬਰ ਦਾ ਟਾਇਰ ਜੀ ਨਵਾਂ ਉਹ ਵੀ ਇਸ ਟਾਈਮ 2800 ਰੁਪਏ ਦੇ ਕਰੀਬ ਹੈ 2800 ਦਾ ਕਰੀਬ ਹੈ ਹਾਂਜੀ ਜੀ ਉਹ ਥੋੜਾ ਮਹਿੰਗਾ ਹੈ ਅੱਛਾ ਅੱਛਾ ਠੀਕ ਕੰਪਨੀ ਵੱਲੋਂ ਹੀ ਮਹਿੰਗਾ ਹੁੰਦਾ ਟਾਇਰ ਅੱਛਾ ਅੱਛਾ 13 ਦਾ ਹਾਂਜੀ ਉਹ ਸਾਈਜ਼ ਲੱਗਿਆ ਟਿਊਬਲੈਸ ਹੁੰਦੇ ਇਹ ਹਾਂਜੀ ਤੇ ਬਾਕੀ ਤੁਸੀਂ ਇੱਥੋਂ ਬਾਏ ਕਰ ਲੈਣਾ ਕੰਟੈਕਟ ਨੰਬਰ ਵੀ ਸਕਰੀਨ ਤੇ ਵੀ ਚੱਲ ਰਿਹਾ ਹੈਗਾ ਬਾਈ ਨਾਲ ਕੰਟੈਕਟ ਕਰ ਲਿਓ ਤੇ ਬਾਈ ਟਾਈਮਿੰਗ ਕੋਈ ਕੰਟੈਕਟ ਦੀ 9 ਤੋਂ 7 ਠੀਕ ਹੈ ਬਾਈ 9 ਤੋਂ 7 ਦੇ ਵਿੱਚ ਵਾਲੇ ਬਾਈ ਨਾਲ ਕਾਲ ਕਰ ਸਕਦੇ ਆ ਸੈਕਿੰਡ ਹੈਂਡ ਟਾਇਰ ਆ ਇਦਾਂ ਦੀ ਕੰਡੀਸ਼ਨ ਹੁੰਦੀ ਆ ਬਾਈ ਨੇ ਦੱਸਤਾ ਵੀ ਜਿਹੜੇ ਕੱਢੇ ਹੋਏ ਟਾਇਰ ਆ ਉਹ ਤਾਂ 500 ਰੁਪਏ ਦੇ ਕਰੀਬ ਮਿਲ ਜਾਂਦੇ ਜਿਵੇਂ ਉਹ ਕੱਢਿਆ ਟਾਇਰ ਉਹ ਵੇਖੋ ਪਾਲਿਸ਼ ਵੱਜਿਆ ਜਿਹੜਾ ਅੱਛਾ ਉੱਪਰ ਜਿਹੜਾ ਥੱਲੇ ਜਿਹੜਾ ਪਾਲਿਸ਼ ਵੱਜਿਆ ਆ ਬੜਾ ਹਾਂਜੀ ਅੱਛਾ ਇਹ ਕੱਢਿਆ ਹੋਇਆ ਟਾਇਰ ਆਇਆ ਬਹੁਤ ਘੱਟ ਪਤਾ ਲੱਗ ਰਿਹਾ ਬਈ ਇਹਦਾ ਹਾਂਜੀ ਕੱਢਿਆ ਤੇ ਪਾਲਿਸ਼ ਵੱਜਿਆ ਕੀ ਨਿਸ਼ਾਨੀ ਅੱਛਾ ਵੇਖੋ ਹੁਣ ਉਹ ਕੱਢਿਆ ਹੋਇਆ ਪਾਲਿਸ਼ ਅੱਛਾ ਆ ਵੀ ਕੱਢਿਆ ਹੋਇਆ ਟਾਇਰ ਇੱਕ ਮਿੰਟ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾ ਦੇਵਾਂ ਇਹ ਬਾਈ ਕਹਿੰਦਾ ਵੀ ਕੱਢਿਆ ਹੋਇਆ ਟਾਇਰ ਹੈ ਕੱਢਿਆ ਵੀ ਕਿਹਦਾ ਵੀ ਪਾਲਿਸ਼ ਵੱਜ ਜਾਂਦੀ ਹੈ ਠੀਕ ਹੈ ਇਹ ਤੁਸੀਂ ਦੱਸ ਕੇ ਬਾਈ ਸਾਰਾ ਕੁਝ ਜਿਹੜੀ ਵੀ ਚੀਜ਼ ਆ ਉਹ ਤੁਹਾਨੂੰ ਦੱਸ ਕੇ ਦੇਣਗੇ ਵੀ ਆਹ ਚੀਜ਼ ਆ ਬਾਕੀ ਆ ਟਾਇਰ ਹੀ ਟਾਇਰ ਆ ਕਿਸੇ ਤਰ੍ਹਾਂ ਦਾ ਵੀ ਟਾਇਰ ਆ ਹਨਾ ਤੇ ਬਾਈਆਂ ਨਾਲ ਕੰਟੈਕਟ ਕਰ ਲਿਓ ਅੱਗੇ ਵੀ ਤੁਹਾਨੂੰ ਦਿਖਾਉਣਾ ਉੱਪਰ ਟਾਇਰ ਹੀ ਟਾਇਰ ਪਏ ਆ ਤੇ ਬਾਕੀ ਜਿਹੜੇ ਕਿ ਰਿਮ ਵਗੈਰਾ ਪਏ ਆ ਤੇ ਇਹ ਆ ਰਿਮ ਵਗੈਰਾ ਵੀ ਮਿਲ ਜਾਂਦੇ ਆ ਰਿਮ ਸਾਈਜ਼ ਟਾਈਪ ਹੁੰਦੇ ਆ ਸਾਈਜ਼ ਦੇ ਅੱਡ ਅੱਡ ਸਾਈਜ਼ ਹੀ ਹੁੰਦਾ ਨਾ ਬਾਈ ਇਹਨਾਂ ਦਾ ਹਾਂਜੀ ਉਹ ਜਿਹੜੀ ਕੱਢੀ ਹੋਈ ਕੀ ਸੈਕਿੰਡ ਹੈਂਡ ਹੀ ਹੁੰਦੇ ਆ ਸਾਰੇ ਕਿ ਨਵੀਂ ਵੀ ਆ ਨਹੀਂ ਜੀ ਭਾਜੀ ਕੋਈ ਜ਼ਿਆਦਾ ਵੈਲਿਊ ਨਹੀਂ ਠੀਕ ਹੈ ਕਿੰਨੇ ਕਿਦਾ ਮਿਲ ਜਾਂਦੇ 300 ਰੁਪਏ ਤੋਂ ਥੱਲੇ 300-400 ਰੁਪਏ ਦਾ 300-400 ਅੱਛਾ ਮਿਲ ਜਾਂਦਾ ਜੀ ਠੀਕ ਹੈ ਜੀ ਗੱਡੀ ਦਾ ਠੀਕ ਹੈ ਤੇ ਬਾਕੀ ਆ ਟਾਇਰ ਪਏ ਆ ਦੇਖੋ ਹਰੇਕ ਇਹ ਤਾਂ ਨਹੀਂ ਸਾਰੇ ਕੱਢੇ ਹੋਏ ਟਾਇਰ ਇਹ ਤਾਂ ਮਤਲਬ ਸਾਰੇ ਜੈਨੂਅਨ ਚੱਲੇ ਹੋਏ ਆ ਠੀਕ ਹੈ ਠੀਕ ਹੈ ਬਾਈ ਬਾਈ ਚਾਂਸ ਹੈ ਕਿ ਇੱਕ ਅੱਧਾ ਕਰ ਕੋਈ ਆ ਜਾਣਾ ਬਾਕੀ ਸਾਰਾ ਸਮਾਨ ਹੀ ਮਿਲ ਜੂ ਕੰਟੈਕਟ ਕਰ ਲਿਓ ਪੂਰੀ ਜਾਣਕਾਰੀ ਤੁਹਾਨੂੰ ਬਾਈ ਦੇ ਦੇਣਗੇ ਤੇ ਬਾਕੀ ਤੁਸੀਂ ਇਹ ਬਾਏ ਕਰਨਾ ਹਨਾ ਤੇ ਇੱਥੇ ਪਹੁੰਚ ਜਿਓ ਤੇ ਆ ਰਿਮ ਵਗੈਰਾ ਸੈਕਿੰਡ ਹੈਂਡ ਕੱਟੇ ਹੋਏ ਆ ਬਾਈਆਂ ਦੇ ਤੇ ਆ ਕਾਰਡ ਹੈ ਤੇ ਕੰਟੈਕਟ ਕਰ ਸਕਦੇ ਹੋ ਤੁਸੀਂ ਬਾਈਆਂ ਨਾਲ ਇਹਨਾਂ ਨੰਬਰਾਂ ਤੇ ਕਰ ਲਿਓ ਟਾਈਮਿੰਗ ਬਾਈ ਨੇ ਦੱਸਤੀ ਹੈ ਤੁਹਾਨੂੰ ਆਪਣਾ ਐਡਰੈਸ ਵੀ ਦੱਸ ਦਿਓ ਜਿਹੜਾ ਜਹਾਜਗੜ੍ਹ ਹੈ ਨਾ ਆਪਣਾ ਇੱਥੇ ਇਹ ਕਿੱਥੇ ਸ਼ੋਪ ਪੈ ਜਾਂਦੀ ਹੈ ਤੁਹਾਡੀ ਸ਼ੋਪ ਨੰਬਰ 20B ਜਹਾਜਗੜ੍ਹ ਮਾਰਕੀਟ ਅੰਦਰ ਸ਼ੋਪ ਨੰਬਰ 20B ਜਹਾਜਗੜ੍ਹ ਮਾਰਕੀਟ ਬਸ ਪੰਜਾਬ ਟਾਇਰ ਪੰਜਾਬ ਟਾਇਰ ਹਾਂਜੀ ਹਾਂਜੀ ਠੀਕ ਹੈ ਜੀ ਤੇ ਆਹ ਜਿਹੜੇ ਟਾਇਰ ਆ ਗਏ ਮੋਟਰਸਾਈਕਲ ਦੇ ਆ ਬਾਈ ਅੱਛਾ ਬਾਈ ਕਿੰਨੇ ਦਾ ਇਹ ਬਸ ਇੰਨੇ ਕਦੀ ਆ ਠੀਕ ਹੈ ਬਾਈ ਤੇ ਆਹ ਨਵੇਂ ਟਾਇਰ ਆ ਗਿਆ ਤੇ ਆਹ ਰਿਮ ਵਗੈਰਾ ਤੁਹਾਨੂੰ ਰਿਮ ਵਗਾ ਦੇਣਾ ਮੈਂ ਕੰਡੀਸ਼ਨ ਆ ਬਾਕੀ ਜਿਹੜੀ ਵੀ ਚੀਜ਼ ਆ ਨਵੇਂ ਰਿਮ ਆ ਜਿਵੇਂ ਆਹ ਪਏ ਆ ਕੁਛ ਤੇ ਜੋ ਵੀ ਪੇਂਟ ਵਗੈਰਾ ਉਹ ਭਾਵੇਂ ਦੱਸ ਕੇ ਦੇਣਗੇ ਬਾਈ ਤੁਹਾਨੂੰ ਜਿਹੜੀ ਵੀ ਚੀਜ਼ ਹੋਊਗੀ ਆਹ ਸੈਕਿੰਡ ਹੈਂਡ ਹੀ ਕੱਟੇ ਹੋਏ ਆ ਬਾਈਆਂ ਕੋਲੇ ਜ਼ਿਆਦਾਤਰ ਬਾਈ ਸੈਕਿੰਡ ਹੈਂਡ ਦਾ ਹੀ ਕੰਮ ਆ ਤੁਹਾਡੇ ਕੋਲ ਠੀਕ ਹੈ ਹਾਂਜੀ ਦੋਸਤੋ ਇਹ ਸੀਗੀ ਪੁਰਾਣੇ ਜਿਹੜੇ ਕਿ ਆਪਣੇ ਰਿਮ ਵਗੈਰਾ ਅਤੇ ਅਲੋਏ ਵਗੈਰਾ ਵੀਲ ਆ ਅਤੇ ਟਾਇਰ ਵਗੈਰਾ ਦੀ ਵੀਡੀਓ ਆ ਅਤੇ ਵੀਡੀਓ ਕਿਵੇਂ ਦੀ ਲੱਗੀ ਹੈ ਨਾ ਅਤੇ ਲਾਈਕ ਸ਼ੇਅਰ ਫਿਰ ਜ਼ਰੂਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਵਿੱਚ।